ਲੁਧਿਆਣਾ ਦੇ ਗਿਆਸਪੁਰਾ ਸਮਾਰਟ ਕਲੋਨੀ ਵਿੱਚ ਅਸ਼ੋਕ ਯਾਦਵ ਨਾਮਕ ਵਿਅਕਤੀ ਦੇ ਘਰ ਵਿੱਚ ਸਿਲੰਡਰ ਫਟਣ ਨਾਲ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ। ਸਿਲੰਡਰ ਦੇ ਫਟਣ ਨਾਲ ਆਲੇ ਦੁਆਲੇ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ। ਇਸ ਅੱਗ ਵਿੱਚ 15 ਤੋਂ 20 ਦੇ ਕਰੀਬ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ SDM ਅਮਰਜੀਤ ਸਿੰਘ ਬੈਂਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਸਰ, ਇਹ ਕਰੀਬ 6:30 ਵਜੇ ਦੀ ਬਾਤ ਹੈ। ਪਹਿਲੇ ਗੈਸ ਲੀਕੇਜ ਹੋਈ, ਉਸਮੇ ਆਗ ਲੱਗ ਗਿਆ, ਅਤੇ ਹੌਲੀ ਹੌਲੀ ਸਲੋਲੀ ਸਲੋਲੀ ਆਗ ਬੜ੍ਹਤੀ ਗਈ। ਵਿੱਚ ਮੇਂ ਲੋਕ ਕਹਿ ਰਹੇ ਕਿ ਲਾਈਟ ਨਹੀਂ ਥੀ ਉਸ ਦੌਰਾਨ। ਵਿੱਚ ਮੇਂ ਕਾਫੀ ਆਗ ਜਬ ਫੈਲ ਗਈ, ਸਾਰੇ ਅੰਦਰ ਕੇ ਜਿੰਨੇ ਵੀ ਨਾਗਰਿਕ ਥੇ ਸਭ ਬਾਹਰ ਖੜੇ ਥੇ। ਆਸ ਪੜੋਸ ਕੇ ਵੀ ਆਗ ਲੈ ਬੁਝਾਨੇ ਕੇ ਲਈ ਪਾਣੀ ਪੂਣੀ ਲੈ ਕੇ ਆਏ ਹੋਏ ਥੇ। ਮੈਂ ਉਹ ਵਹਾਂ ਸੇ ਆ ਰਹਾ ਥਾ, ਮੈਨੇ ਦੇਖੀ, ਮੈਂ ਵੀ ਆ ਰਹਾ ਥਾ ਭਾਗ ਕੇ ਆਗ ਬੁਝਾਨੇ ਕੇ ਲੀਏ, ਬਟ ਮੈਂ ਜੈਸੇ ਹੀ ਆਇਆ ਤੈਸੀ ਲਾਈਟ ਆ ਗਈ ਵਹਾਂ ਪੇ, ਇਹ ਬਲਾਸਟ ਹੋ ਗਿਆ। ਮੈਨੇ ਆਗ ਕੋ ਸਾਹਮਣੇ ਦੇਖਾ ਪੜਤੇ ਹੋਏ, ਤੋ ਆਸ ਪਾਸ ਕੇ ਜੋ ਬੰਦੇ ਥੇ ਜੋ ਬੁਝਾਨੇ ਆਏ ਥੇ, ਗੈਸ ਬਾਹਰ ਕੋ ਨਿਕਲੀ, ਉਹ ਆਪ ਦੇਖ ਸਕਦੇ ਹੋ, ਉਹ ਵਹਾਂ ਤੱਕ ਰੇਂਜ ਗਈ ਹੈ ਉਸਕੀ। ਗਿਆਸਪੁਰਾ ਦੇ ਵਿੱਚ ਇੱਕ ਰੈਜੀਡੈਂਸ਼ੀਅਲ ਏਰੀਆ ਹੈ, ਜਿੱਥੇ ਕਿਸੇ ਦੇ ਘਰ ਅੱਗ ਨਾਲ ਸਿਲੰਡਰ ਨੂੰ ਅੱਗ ਲੱਗੀ। ਉਹ ਨਾਲ ਦੇ ਗੁਆਂਢੀ ਵੀ ਆ ਕੇ ਇਕੱਠੇ ਹੋ ਗਏ ਉੱਥੇ ਬਚਾਉਣ ਦੇ ਲਈ, ਅਤੇ ਮੀਨ ਵਾਇਲ ਬਲਾਸਟ ਹੋ ਗਿਆ। ਉਹ ਜਿਹੜੇ ਬਚਾਉਣ ਆਏ ਸੀ ਉਹ ਵੀ ਅੱਗ ਦੀ ਚਪੇਟ 'ਚ ਆ ਗਏ, ਅਤੇ ਇਮੀਡੀਏਟਲੀ ਜਦੋਂ ਵੀ ਡਿਪਟੀ ਸਾਹਿਬ ਉੱਥੇ ਹੀ ਸੀਗੇ, ਲੱਗ ਗਈ ਸੀਗੀ, ਇਹਨਾਂ ਨੂੰ ਪਤਾ ਲੱਗਿਆ, ਇਮੀਡੀਏਟਲੀ ਇਹਨਾਂ ਨੇ ਆਪਣੀ ਜਿੰਨੀਆਂ ਵੀ ਰਿਸੋਰਸਿਸ ਯੂਜ਼ ਕਰਕੇ ਇਹਨਾਂ ਨੂੰ ਸਿਵਲ ਹੋਸਪਿਟਲ ਲਿਆ। ਸਿਵਲ ਹੋਸਪਿਟਲ ਦੇ ਵਿੱਚ ਇਲਾਜ ਸ਼ੁਰੂ ਹੋ ਗਿਆ। ਟੋਟਲ 24 ਜਿਹੜੇ ਹੈਗੇ ਨੇ ਬੱਚੇ ਅਤੇ ਜਨਾਨੀਆਂ ਪਾ ਕੇ ਹੈਗੇ ਨੇ ਹੈਗੇ ਨੇ ਔਰ ਉਹਦੇ ਵਿੱਚੋਂ 3 CMC ਸ਼ਿਫਟ ਕਰ ਦਿੱਤੇ ਗਏ, ਜਿਹੜੇ ਥੋੜ੍ਹੇ ਜ਼ਿਆਦਾ ਸੀਰੀਅਸ ਸੀਗੇ, ਬਾਕੀਆਂ ਦਾ ਇੱਥੇ ਇਲਾਜ ਕੀਤਾ ਜਾ ਰਿਹਾ। ਠੀਕ ਹੈ ਜੀ, 2 ਹੋਰ ਭੇਜ ਰਹੇ ਹੈਗੇ CMC ਤੋਂ, 5 ਟੋਟਲ CMC ਭੇਜਿਆ। ਸਮਰਾਟ ਕਲੋਨੀ ਅਸ਼ੋਕ ਯਾਦਵ ਦੇ ਘਰ ਦੇ ਅਤੇ ਇੱਕ ਸਿਲੰਡਰ ਫਟਿਆ ਸੀ ਸਵੇਰੇ ਕਰੀਬ 6:45 ਵਜੇ, ਅਤੇ ਇਮੀਡੀਏਟਲੀ ਜਿਹੜਾ ਸਾਨੂੰ ਇਹਦੀ ਇਤਲਾਹ ਆਈ ਅਤੇ ਅਸੀਂ ਜਿਹੜੇ ਉੱਥੇ ਪਹੁੰਚ ਕੇ ਇੱਕ ਪ੍ਰਾਈਵੇਟ ਗੱਡੀ ਦਾ ਇੰਤਜ਼ਾਮ ਕਰਕੇ ਅਤੇ ਸਰਕਾਰੀ ਪੁਲਿਸ ਦੀ ਗੱਡੀ ਦੇ ਵਿੱਚ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ, ਅਤੇ ਜਿਹੜਾ ਪਹਿਲਾਂ ਹੀ ਅਸੀਂ ਟਾਈ ਅਪ ਕਰਕੇ ਜਿਹੜਾ ਸਿਵਲ ਹਸਪਤਾਲ ਨੂੰ ਅਲਰਟ ਕਰਾ ਦਿੱਤਾ ਸੀ ਤਾਂ ਕਿ ਜਿਹੜਾ ਇਲਾਜ ਜਿਹੜਾ ਇਹਦਾ ਬਿਲਕੁਲ ਠੀਕ ਹੋ ਗਿਆ। ਇਹਨਾਂ ਵਿੱਚੋਂ 3 ਜਿਹੜੇ ਹੈਗੇ CMC ਭੇਜੇ ਗਏ ਨੇ ਜਿਹੜੇ ਜ਼ਖਮੀ ਨੇ, 5 ESI ਹਸਪਤਾਲ ਅਤੇ ਬਾਕੀ ਸਿਵਲ ਹਸਪਤਾਲ ਵਿੱਚ ਜੇਰ ਇਲਾਜ।